प्यारे विद्यार्थियों आज दी वीडियो ਵਿੱਚ ਅਸੀਂ ਗੱਲ ਕਰਾਂਗੇ 9th ਕਲਾਸ ਦੇ ਚੈਪਟਰ ਨੰਬਰ 1 ਦੀ ਵਿਸ਼ਾ ਕੰਪਿਊਟਰ ਸਾਇੰਸ ਅਤੇ ਚੈਪਟਰ ਦਾ ਨਾਮ ਹੈ ਮਾਈਕਰੋਸਾਫਟ ਐਕਸਲ ਪਾਰਟ 1 ਇਸ ਵੀਡੀਓ ਵਿੱਚ ਅਸੀਂ ਇਸ ਪਾਰਟ ਦੇ ਕੁਐਸਚਨ ਆਨਸਰਸ ਦੀ ਗੱਲ ਕਰਾਂਗੇ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤਾਂ ਜੋ ਫਿਊਚਰ ਵਿੱਚ ਆਉਣ ਵਾਲੀਆਂ ਜਿੰਨੀਆਂ ਵੀ ਵੀਡੀਓਜ਼ ਨੇ ਉਹਨਾਂ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਚਲੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਕੁਝ ਬਲੈਂਕਸ ਦੀ ਨੰਬਰ 1 ਐਨ ਐਕਸਲ ਵਰਕਬੁੱਕ ਕੰਸਿਸਟ ਆਫ ਡੈਸ਼ ਐਕਸਲ ਦੀ ਜੋ ਵਰਕਬੁੱਕ ਹੁੰਦੀ ਹੈ ਉਸ ਵਿੱਚ ਡੈਸ਼ ਹੁੰਦੀਆਂ ਨੇ ਇਸ ਦਾ ਆਨਸਰ ਹੈ ਵਰਕਸ਼ੀਟਸ ਐਕਸਲ ਦੀ ਜੋ ਵਰਕਬੁੱਕ ਹੁੰਦੀ ਹੈ ਉਸ ਵਿੱਚ ਆਮ ਤੌਰ ਤੇ ਡਿਫਾਲਟ ਜਿੰਨੀਆਂ ਵਰਕਸ਼ੀਟ ਹੁੰਦੀਆਂ ਨੇ ਉਹਨਾਂ ਦੀ ਗਿਣਤੀ 3 ਹੁੰਦੀ ਹੈ ਤੁਸੀਂ ਆਪਣੀ ਲੋੜ ਦੇ ਅਨੁਸਾਰ ਉਹਨਾਂ ਦੀ ਗਿਣਤੀ ਨੂੰ ਵਧਾ ਵੀ ਸਕਦੇ ਹੋ ਤੇ ਘਟਾ ਵੀ ਸਕਦੇ ਹੋ ਸੈਕੰਡ the actual value of a cell is a display in dash bar cell di jo actual value hundi hai oh formula bar de vich dikhai dindi hai jadon vi assi kisi cell utte click karde ha ta us vich jo vi content type kita gaya hai bhave oh formula hai function hai ja koi simple text hai oh sara hi sanu formula bar upar dikhai doga dash formatting applies one or more rules to any cell we want kio formatting hai jo ik jagah to jyada cell de upar ਅਪਲਾਈ ਹੁੰਦੀ ਹੈ ਅਗਰ ਅਸੀਂ ਉਹਨਾਂ ਸੈੱਲ ਦੇ ਉੱਪਰ ਕੋਈ ਰੂਲ ਅਪਲਾਈ ਕਰਦੇ ਹਾਂ ਉਸ ਨੂੰ ਅਸੀਂ ਬੋਲਦੇ ਹਾਂ ਕੰਡੀਸ਼ਨਲ ਫਾਰਮੈਟਿੰਗ ਜਿਵੇਂ ਇਸ ਦੇ ਨਾਮ ਤੋਂ ਹੀ ਸ਼ੋ ਹੁੰਦਾ ਹੈ ਕੰਡੀਸ਼ਨਲ ਇਟ ਮੀਨਸ ਕਿ ਕਿਸੇ ਵੀ ਕਿਸਮ ਦੀ ਕੰਡੀਸ਼ਨ ਤਿਆਰ ਕਰਕੇ ਜਦੋਂ ਤੁਸੀਂ ਕਿਸੇ ਸੈੱਲ ਨੂੰ ਫਾਰਮੈਟ ਕਰਦੇ ਹੋ ਤਾਂ ਉਸ ਨੂੰ ਤੁਸੀਂ ਕੰਡੀਸ਼ਨਲ ਫਾਰਮੈਟਿੰਗ ਬੋਲਦੇ ਹੋ ਨੈਕਸਟ ਫਾਰਮੈਟ ਕਮਾਂਡ ਇਜ਼ ਅਵੇਲੇਬਲ ਓਨ ਡੈਸ਼ ਟੈਬ ਜਿਹੜੀ ਫਾਰਮੈਟ ਕਮਾਂਡ ਹੁੰਦੀ ਹੈ ਉਹ ਹੋਮ ਟੈਬ ਦੇ ਉੱਪਰ ਅਵੇਲੇਬਲ ਹੁੰਦੀ ਹੈ ਨੈਕਸਟ ਆਲ ਫਾਰਮੂਲਾ ਮਸਟ ਬੀਗਨ ਵਿਦ ਐਨ ਡੈਸ਼ ਸਾਈਨ ਜਿੰਨੇ ਵੀ ਫਾਰਮੂਲਾ ਹੁੰਦੇ ਨੇ ਜਾਂ ਫੰਕਸ਼ਨਸ ਹੁੰਦੇ ਨੇ ਉਹ ਸਾਰੇ ਹੀ ਇਕੁਅਲ ਦੇ ਸਿੰਬਲ ਨਾਲ ਇਕੁਅਲ ਦੇ ਸਾਈਨ ਦੇ ਨਾਲ ਸ਼ੁਰੂ ਹੁੰਦੇ ਹਨ ਆ ਡਾਟਾ ਇਨ অর ਵਰਕਸ਼ੀਟ ਕੈਨ ਬੀ ਅਰੇਂਜਡ ਇਨ ਅ ਆਰਡਰ ਯੂজিং ਡੈਸ਼ ਤੁਸੀਂ ਆਪਣੇ ਵਰਕਸ਼ੀਟ ਦੇ ਵਿੱਚ ਕਿਸੇ ਵੀ ਕਿਸਮ ਦੇ ਡਾਟੇ ਨੂੰ ਅਰੇਂਜ ਕਰ ਸਕਦੇ ਹੋ ਉਸ ਨੂੰ ਅਸੀਂ ਬੋਲਦੇ ਹਾਂ ਸੋਰਟਿੰਗ देयर आर ਟੂ ਟਾਈਪਸ ਆਫ ਸੋਰਟਿੰਗ ਅਸੈਂਡਿੰਗ ਐਂਡ ਡਿਸੈਂਡਿੰਗ ਨੈਕਸਟ ਸੋਰਟ ਐਂਡ ਫਿਲਟਰ ਕਮਾਂਡ ਇਜ਼ ਅਵੇਲੇਬਲ ਔਨ ਡੈਸ਼ ਟੈਬ ਸੋਰਟ ਅਤੇ ਫਿਲਟਰ ਕਮਾਂਡ ਜੋ ਹੁੰਦੀ ਹੈ ਉਹ ਹੋਮ ਅਤੇ ਡਾਟਾ ਟੈਬ ਦੇ ਉੱਪਰ ਅਵੇਲੇਬਲ ਹੁੰਦੀ ਹੈ ਅੱਗੇ ਸੀ ਗੱਲ ਕਰਦੇ ਹਾਂ ਟਰੂ অর ਫਾਲਸ ਦੀ ਅ ਫੰਕਸ਼ਨ ਇਜ਼ ਅ ਪ੍ਰੀ ਡਿਫਾਈਨਡ ਫਾਰਮੂਲਾ ਜਿਹੜਾ ਫੰਕਸ਼ਨ ਹੁੰਦਾ ਹੈ ਇੱਕ ਪ੍ਰੀ ਡਿਫਾਈਨਡ ਫਾਰਮੂਲਾ ਹੁੰਦਾ ਹੈ ਇਹ ਟਰੂ ਹੈ ਕਿਉਂਕਿ ਫੰਕਸ਼ਨ ਜਿੰਨੇ ਵੀ ਹੁੰਦੇ ਨੇ ਪਹਿਲਾਂ ਤੋਂ ਹੀ ਤਿਆਰ ਕੀਤੇ ਗਏ ਕੁਝ ਫਾਰਮੂਲੇਸ ਹੁੰਦੇ ਨੇ ਜੋ ਸਾਡੇ ਸਿਸਟਮ ਦੇ ਵਿੱਚ ਪਹਿਲਾਂ ਤੋਂ ਸਟੋਰ ਹੁੰਦੇ ਨੇ ਅਸੀਂ ਉਹਨਾਂ ਨੂੰ ਯੂਜ਼ ਕਰ ਸਕਦੇ ਆ ਉਹਨਾਂ ਦੇ ਨਾਮ ਦੇ ਨਾਲ ਆਪਣੀਆਂ ਵੈਲਿਊਜ਼ ਦਵਾਂਗੇ ਅਤੇ ਉਹਨਾਂ ਨੂੰ ਯੂਜ਼ ਕਰ ਸਕਦੇ ਆ ਸਿੰਬਲ ਐਕਸ ਇਜ਼ ਯੂਜ਼ਡ ਫਾਰ ਮਲਟੀਪਲੀਕੇਸ਼ਨ ਐਕਸ ਸਿੰਬਲ ਜੋ ਹੁੰਦਾ ਹੈ ਮਲਟੀਪਲਾਈ ਕਰਨ ਵਾਸਤੇ ਯੂਜ਼ ਕੀਤਾ ਜਾਂਦਾ ਹੈ ਐਕਸਲ ਦੇ ਵਿੱਚ ਅਗਰ ਤੁਸੀਂ ਦੋ ਜਾਂ ਦੋ ਤੋਂ ਜ਼ਿਆਦਾ ਵੈਲਿਊਜ਼ ਨੂੰ ਮਲਟੀਪਲਾਈ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਸਟਾਰ ਸਿੰਬਲ ਨੂੰ ਯੂਜ਼ ਕਰਨਾ ਪਏਗਾ ਇਟ ਮੀਨਸ ਕਿ ਇਹ ਫਾਲਸ ਹੈ ਅ ਫਾਰਮੂਲਾ ਇਜ਼ ਐਨ ਇਕੁਏਸ਼ਨ ਥੈਟ ਪਰਫਾਰਮ ਅ ਕੈਲਕੂਲੇਸ਼ਨ ਇੱਕ ਫਾਰਮੂਲਾ ਜੋ ਹੈ एक किस्म की एक इक्वेशन होंगी है जरा किसी भी किस्म की कैलकुलेशन परफॉर्म करने यूज किया जाता है ईच फंक्शन हैज़ अ स्पैसीफिक ऑर्डर विच इज़ कॉल्ड सिंटैक्स कोई भी फंक्शन होंगे है उसका एक खास पैटर्न हूँ है जिसनों असि उसका सिंटैक्स बोलते हैं यह भी ट्रू है फिल्टरस आर यूज टू फाइंड सम स्पैसीफिक इंफोमे फ्रॉम लिस्ट जिल्टर होंगे ने किसी भी ਲਿਸਟ ਦੇ ਵਿੱਚੋਂ ਕਿਸੇ ਵੀ ਜਾਣਕਾਰੀ ਦੇ ਵਿੱਚੋਂ ਕਿਸੇ ਖਾਸ ਇੱਕ ਜਾਣਕਾਰੀ ਨੂੰ ਵੱਖ ਕਰਨ ਲਈ ਯੂਜ਼ ਕੀਤਾ ਜਾਂਦੇ ਨੇ ਇਸ ਲਈ ਇਹ ਵੀ ਟਰੂ ਹੈ ਸੋ ਅੱਗੇ ਇਸੀ ਗੱਲ ਕਰਦੇ ਹਾਂ ਆ ਸ਼ਾਰਟ ਕੁਐਸਚਨਸ ਦੀ ਕੁਐਸਚਨ ਨੰਬਰ 1 ਵਾਟ ਇਜ਼ ਕੰਡੀਸ਼ਨਲ ਫਾਰਮੈਟਿੰਗ ਕੰਡੀਸ਼ਨਲ ਫਾਰਮੈਟਿੰਗ ਕੀ ਹੁੰਦੀ ਹੈ ਕੰਡੀਸ਼ਨਲ ਫਾਰਮੈਟਿੰਗ ਇਜ਼ ਅ ਟੂਲ ਇਨ ਐਮ ਐਸ ਐਕਸਲ ਥੈਟ ਅਪਲਾਈਜ਼ ਫਾਰਮੈਟਿੰਗ ਟੂ ਸੈਲਸ ਬੇਸਡ ਔਨ ਸਮ ਕੰਡੀਸ਼ਨ ਕੰਡੀਸ਼ਨਲ ਫਾਰਮੈਟਿੰਗ ਕੀ ਹੁੰਦੀ ਹੈ ਕਿ ਜਦੋਂ ਕਿਸੇ ਵੀ ਸੈੱਲ ਦੇ ਉੱਪਰ ਅਸੀਂ ਕੋਈ ਫਾਰਮੈਟਿੰਗ ਅਪਲਾਈ ਕਰਦੇ ਹਾਂ ਕਿਸੇ ਵੀ ਕੰਡੀਸ਼ਨ ਬੇਸ ਦੇ ਉੱਪਰ ਉਸ ਨੂੰ ਅਸੀਂ ਕੰਡੀਸ਼ਨਲ ਫਾਰਮੈਟਿੰਗ ਬੋਲਦੇ ਹਾਂ ਫਾਰਮੈਟਿੰਗ ਔਨ ਸੈਲਸ ਵਿਲ ਬੀ ਅਪਲਾਈਡ ਓਨਲੀ ਵੈਨ ਸੈੱਲ ਡਾਟਾ ਮੈਚਸ ਵਿਦ ਦਾ ਕਰਾਈਟੇਰੀਆ ਡਿਫਾਈਨ ਇਨ ਕੰਡੀਸ਼ਨਲ ਫਾਰਮੈਟਿੰਗ ਜਦੋਂ ਅਸੀਂ ਕਿਸੇ ਕਰਾਈਟੇਰੀਆ ਨੂੰ ਡਿਫਾਈਨ ਕਰਦੇ ਹਾਂ ਤਾਂ ਜਦੋਂ ਵੀ ਸਾਡੇ ਸੈੱਲ ਦਾ ਡਾਟਾ ਉਸ ਕਰਾਈਟੇਰੀਆ ਨਾਲ ਮੈਚ ਕਰਦਾ ਹੈ ਤਾਂ ਸਾਡੀ ਕੰਡੀਸ਼ਨਲ ਫਾਰਮੈਟਿੰਗ ਅਪਲਾਈ ਹੁੰਦੀ ਹੈ conditional formatting option available in home tab home tab ਦੇ ਵਿੱਚ conditional formatting option available ਹੁੰਦੀ ਹੈ एग्जांपल ਦੇ ਤੌਰ ਤੇ ਅਸੀਂ ਗੱਲ ਕਰਦੇ ਹਾਂ ਕਿ ਅਸੀਂ ਕੁਝ ਸਟੂਡੈਂਟਸ ਦੀ ਇਨਫੋਰਮੇਸ਼ਨ ਨੂੰ ਐਡ ਕੀਤਾ ਗਿਆ ਹੈ ਆਪਣੇ ਐਕਸਲ ਦੀ ਸ਼ੀਟ ਦੇ ਵਿੱਚ ਅਤੇ ਅਸੀਂ ਚਾਹੁੰਦੇ ਹਾਂ ਕਿ ਜਿੰਨਾ ਸਟੂਡੈਂਟਸ ਦੇ ਮਾਰਕਸ 80 ਤੋਂ ਅਬਵ ਨੇ ਉਹਨਾਂ ਦੇ ਜੋ ਨਾਮ ਨੇ ਜਾਂ ਉਹਨਾਂ ਦੇ ਜੋ ਮਾਰਕਸ ਨੇ ਉਹਨਾਂ ਦਾ ਕਲਰ ਰੈੱਡ ਹੋ ਜਾਵੇ ਅਤੇ ਜਿਨ੍ਹਾਂ ਦੇ ਮਾਰਕਸ 80 ਤੋਂ ਘਟਨੇ ਉਹਨਾਂ ਦਾ ਜੋ ਵੀ 컬러 ਹੈ ਉਹ ਬਲੈਕ ਹੀ ਰਵੇ ਤਾਂ ਇਸ ਕਿਸਮ ਦੀ ਫਾਰਮੈਟਿੰਗ ਨੂੰ ਅਸੀਂ ਕੰਡੀਸ਼ਨਲ ਫਾਰਮੈਟਿੰਗ ਬੋਲਦੇ ਹਾਂ ਸੈਕਿੰਡ ਵਾਟ ਇਜ਼ ਮਰਜ ਐਂਡ ਸੈਂਟਰ ਮਰਜ ਅਤੇ ਸੈਂਟਰ ਤੋਂ ਕੀ ਭਾਵ ਹੈ ਮਰਜ ਐਂਡ ਸੈਂਟਰ ਇਜ਼ ਆਲਸੋ ਐਨ ਇੰਪੋਰਟੈਂਟ ਫੀਚਰ ਆਫ ਐਮ ਐਸ ਐਕਸਲ ਐਕਸਲ ਦੀ ਇੱਕ ਕਾਫੀ ਇੰਪੋਰਟੈਂਟ ਫੀਚਰ ਹੈ ਮਰਜ ਅਤੇ ਸੈਂਟਰ ਯੂজিং ਥਿਸ ਆਪਸ਼ਨ ਵੀ ਕੈਨ ਕੰਬਾਈਨ ਮਲਟੀਪਲ ਸੈਲਸ ਟੂ ਮੇਕ ਅ ਸਿੰਗਲ ਸੈਲ and the data in the cells get center alignment merge option nu use karke tusi do ya do ton zyada cells nu combine karke ek cell bana sakde ho ate center option nu use karke tusi us vich likhi gai jo bhi information hai usdi alignment nu center kar sakde ho example de taur te agar assi gall karde ha ta agar sade kol do cells ne assi dono cells de vich data nu likhna chahunde ha ta assi ਦੋਨਾਂ ਸੈੱਲਾਂ ਨੂੰ ਸਲੈਕਟ ਕਰਕੇ ਜਦੋਂ ਮਰਜ ਆਪਸ਼ਨ ਦੇ ਉੱਪਰ ਕਲਿੱਕ ਕਰਦੇ ਹਾਂ ਤਾਂ ਦੋਨਾਂ ਸੈੱਲਾਂ ਦਾ ਇੱਕ ਸਿੰਗਲ ਸੈੱਲ ਬਣ ਜਾਂਦਾ ਹੈ ਅਤੇ ਅਗਰ ਸੈਂਟਰ ਆਪਸ਼ਨ ਨੂੰ ਯੂਜ਼ ਕਰਕੇ ਅਸੀਂ ਅਲਾਈਨਮੈਂਟ ਸੈੱਟ ਕਰਦੇ ਹਾਂ ਤਾਂ ਜੋ ਵੀ ਡਾਟਾ ਸੀ ਉਹਨਾਂ ਵਿੱਚ ਲਿਖਿਆ ਹੈ ਜਾਂ ਲਿਖਾਂਗੇ ਉਸ ਡਾਟੇ ਦੀ ਜੋ ਅਲਾਈਨਮੈਂਟ ਹੈ ਉਹ ਸੈਂਟਰ ਹੋ ਜਾਵੇਗੀ ਮਰਜ ਅਤੇ ਸੈਂਟਰ ਆਪਸ਼ਨ ਹੋਮ ਟੈਬ ਦੇ ਵਿੱਚ ਅਵੇਲੇਬਲ ਹੁੰਦੀ ਹੈ ਥਰਡ ਕੁਐਸਚਨ ਹੈ ਰਾਈਟ ਦਾ ਟਾਈਪ ਆਫ ਸੈੱਲ ਰੈਫਰੈਂਸ ਸੈੱਲ ਰੈਫਰੈਂਸ ਤੋਂ ਕੀ ਭਾਵ ਹੈ ਬੇਸਿਕਲੀ ਸੈੱਲ ਰੈਫਰੈਂਸ ਨੂੰ ਅਸੀਂ ਸੈੱਲ ਦਾ ਐਡਰੈਸ ਬੋਲਦੇ ਹਾਂ ਸੈਲ ਰੈਫਰੈਂਸ ਇਸ ਦਾ ਸੈਲ ਐਡਰੈਸ ਸੈਲ ਦੇ ਐਡਰੈਸ ਨੂੰ ਅਸੀਂ ਸੈਲ ਰੈਫਰੈਂਸ ਬੋਲਦੇ ਹਾਂ ਇਟ ਇਸ ਯੂਜ਼ਡ ਇਨ ਫਾਰਮੂਲੇਸ ਐਂਡ ਫੰਕਸ਼ਨ ਫॉर ਡੂਇੰਗ ਕੈਲਕੂਲੇਸ਼ਨਸ ਔਨ ਸੈਲ ਡਾਟਾ ਕਿਸੇ ਵੀ ਫੰਕਸ਼ਨ ਦੇ ਵਿੱਚ ਜਾਂ ਫਾਰਮੂਲੇ ਦੇ ਵਿੱਚ ਅਗਰ ਤੁਸੀਂ ਵੱਖ-ਵੱਖ ਸੈੱਲਾਂ ਦੇ ਵਿੱਚ ਪਏ ਡਾਟੇ ਨੂੰ ਕੈਲਕੂਲੇਟ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਉਹਨਾਂ ਸੈੱਲਾਂ ਦੇ ਐਡਰੈਸ ਦੀ ਲੋੜ ਪਵੇਗੀ ਜਿਸ ਨੂੰ ਅਸੀਂ ਸੈਲ ਰੈਫਰੈਂਸ ਬੋਲਦੇ ਹਾਂ ਐਗਜ਼ਾਮਪਲ ਦੇ ਤੌਰ ਤੇ ਜਿਵੇਂ ਅਸੀਂ ਗੱਲ ਕਰਦੇ ਹਾਂ ਇਕੁਅਲ A1 A2 ਇਟ ਮੀਨਸ

ਡਾਟਾ ਕੈਨ ਬੀ ਅਰੇਂਜ ਇਨ ਅਸੈਂਡਿੰਗ অর ਡਿਸੈਂਡਿੰਗ ਆਰਡਰ ਡਾਟਾ ਨੂੰ ਤੁਸੀਂ ਅਸੈਂਡਿੰਗ ਜਾਂ ਡਿਸੈਂਡਿੰਗ ਆਰਡਰ ਦੇ ਵਿੱਚ ਅਰੇਂਜ ਕਰ ਸਕਦੇ ਹੋ ਟੂ ਸੋ ਡਾਟਾ ਇਨ ਐਕਸਲ ਸ਼ੀਟ ਹੋਮ অর ਡਾਟਾ ਟੈਬ ਕੈਨ ਬੀ ਯੂਜ਼ਡ ਤੁਸੀਂ ਹੋਮ ਜਾਂ ਡਾਟਾ ਟੈਬ ਦੇ ਵਿੱਚ ਜਾ ਕੇ ਅਸੈਂਡਿੰਗ ਜਾਂ ਡਿਸੈਂਡਿੰਗ ਆਰਡਰ ਦੇ ਵਿੱਚ ਡਾਟਾ ਨੂੰ ਸੋਰਟ ਕਰ ਸਕਦੇ ਹੋ ਕੁਐਸਚਨ ਨੰਬਰ 5 ਵਾਟ ਆਰ ਫਿਲਟਰਸ ਫਿਲਟਰਸ ਕੀ ਹੁੰਦੇ ਨੇ ਜਿਵੇਂ ਇਹਨਾਂ ਦੇ ਨਾਮ ਤੋਂ ਹੀ ਸ਼ੋਅ ਹੁੰਦਾ ਹੈ ਕਿ ਕਿਸੇ ਖਾਸ ਜਾਣਕਾਰੀ ਦੇ ਵਿੱਚੋਂ ਅਸੀਂ ਇਨਫੋਰਮੇਸ਼ਨ ਨੂੰ ਫਿਲਟਰ ਕਰਨਾ ਮਤਲਬ ਸ਼ਾਨਣਾ ਇਨ ਐਕਸਲ ਫਿਲਟਰਸ ਆਰ ਯੂਜ਼ਡ ਟੂ ਫਾਈਂਡ ਸਮ ਸਪੈਸਿਫਿਕ ਇਨਫੋਰਮੇਸ਼ਨ ਫਰੋਮ ਲਿਸਟ ਕਿਸੇ ਵੀ ਇਨਫੋਰਮੇਸ਼ਨ ਦੇ ਵਿੱਚੋਂ ਕਿਸੇ ਖਾਸ ਇੱਕ ਸਪੈਸਿਫਿਕ ਇਨਫੋਰਮੇਸ਼ਨ ਨੂੰ ਜਦੋਂ ਅਸੀਂ ਵਰਕ ਕਰਦੇ ਹਾਂ ਤਾਂ ਉਸ ਨੂੰ ਅਸੀਂ ਫਿਲਟਰ ਬੋਲਦੇ ਹਾਂ ਵੀ ਕੈਨ ਅਪਲਾਈ ਫਿਲਟਰਸ ਔਨ ਡਿਫਰੈਂਟ ਟਾਈਪਸ ਆਫ ਡਾਟਾ ਇਨ ਐਕਸਲ ਅਸੀਂ ਵੱਖ-ਵੱਖ ਤਰ੍ਹਾਂ ਦੇ ਡਾਟਾ ਦੇ ਉੱਪਰ ਫਿਲਟਰ ਅਪਲਾਈ ਕਰ ਸਕਦੇ ਹਾਂ ਲਾਈਕ ਕੋ ਤੁਹਾਡਾ ਟੈਕਸਟ ਬੇਸ ਇਨਫੋਰਮੇਸ਼ਨ ਹੋ ਸਕਦੀ ਹੈ ਜਾਂ ਤੁਹਾਡਾ ਨੰਮੈਰਿਕ ਡਾਟਾ ਹੋ ਸਕਦਾ ਹੈ ਤੁਸੀਂ ਦੋਨਾਂ ਕਿਸਮ ਦੇ ਡਾਟੇ ਉੱਪਰ ਫਿਲਟਰ ਅਪਲਾਈ ਕਰ ਸਕਦੇ ਹੋ ਵੀ ਕੈਨ ਅਪਲਾਈ ਫਿਲਟਰਸ ਓਨ 1 অর ਮੋਰ ਕਾਲਮਸ ਤੁਸੀਂ ਇੱਕ ਜਾਂ ਇੱਕ ਤੋਂ ਜ਼ਿਆਦਾ ਕਾਲਮ ਦੇ ਵਿੱਚ ਵੀ ਫਿਲਟਰ ਨੂੰ ਅਪਲਾਈ ਕਰ ਸਕਦੇ ਹੋ ਅਤੇ ਫਿਲਟਰ ਨੂੰ ਅਪਲਾਈ ਕਰਨ ਲਈ ਤੁਸੀਂ ਹੋਮ ਜਾਂ ਡਾਟਾ ਟੈਬ ਨੂੰ ਯੂਜ਼ ਕਰ ਸਕਦੇ ਹੋ ਅਗੇ ਲੌਂਗ ਕੁਐਸਚਨਸ ਨੇ ਨੰਬਰ 1 ਵਾਟ ਇਜ਼ ਸੈੱਲ ਹਾਊ ਵਿਲ ਯੂ ਇਨਸਰਟ ਅ ਨਿਊ ਸੈੱਲ ਇਨ ਯੂਅਰ ਕਰੰਟ ਵਰਕਸ਼ੀਟ ਸੈੱਲ ਕੀ ਹੁੰਦਾ ਹੈ ਤੇ ਨਵਾਂ ਸੈੱਲ ਕਿਵੇਂ ਐਡ ਕੀਤਾ ਜਾਂਦਾ ਹੈ A cell consist by the intersection of row and column in excel basically cell kia row ate column de intersection nu asi cell bolde ha it means ki jis jagah de upar vi row ate column aapas vich milde han ohna nu asi us jagah nu asi cell bolde ha example de taur te asi agar gall kariye jivein a5 cell hai a5 cell de vich ki hovega ਕੋਲਮ A ਅਤੇ ਰੋ 5 ਜਿੱਥੇ ਵੀ ਆਪਸ ਵਿੱਚ ਮਿਲਣਗੇ ਉਸ ਜਗ੍ਹਾ ਨੂੰ ਅਸੀਂ A5 ਸੈੱਲ ਬੋਲਾਂਗੇ ਉਸੇ ਤਰ੍ਹਾਂ ਤੁਹਾਡੀ ਵਰਕਸ਼ੀਟ ਦੇ ਵਿੱਚ ਡਿਫਰੈਂਟ ਟਾਈਪ ਦੇ ਸੈੱਲ ਹੁੰਦੇ ਨੇ ਉਸ ਦਾ ਜੋ ਵੀ ਐਡਰੈਸ ਹੋਏਗਾ ਉਹ ਕਾਲਮ ਅਤੇ ਰੋ ਦੇ ਮੇਲ ਤੋਂ ਹੀ ਬਣੇਗਾ ਇਨ ਕਰੰਟ ਵਰਕਸ਼ੀਟ ਵੀ ਕੈਨ ਇਨਸਰਟ ਅ ਨਿਊ ਸੈੱਲ ਐਨੀਵਰ ਇਨ ਦਾ ਸ਼ੀਟ ਤੁਸੀਂ ਕਿਸੇ ਵੀ ਜਗ੍ਹਾ ਦੇ ਉੱਪਰ ਨਵਾਂ ਸੈੱਲ ਐਡ ਕਰ ਸਕਦੇ ਹੋ ਦੇ ਸਟੈਪ ਕੀ ਨੇ ਸਿਲੈਕਟ ਦਾ ਰੋ অর ਕਾਲਮ ਵੇਅਰ ਯੂ ਵਾਂਟ ਟੂ ਇਨਸਰਟ ਅ ਨਿਊ ਸੈੱਲ ਤੁਸੀਂ ਉਸ ਰੋ ਅਤੇ ਕਾਲਮ ਨੂੰ ਸਿਲੈਕਟ ਕਰੋ ਕਲਿੱਕ ਕਰੋ ਜਿਸ ਜਗ੍ਹਾ ਤੇ ਉੱਪਰ ਤੁਸੀਂ ਨਵਾਂ ਸੈੱਲ ਐਡ ਕਰਨਾ ਚਾਹੁੰਦੇ ਹੋ ਉਸ ਤੋਂ ਬਾਅਦ ਹੋਮ ਟੈਬ ਦੇ ਉੱਪਰ ਜਾ ਕੇ ਸੈੱਲ ਗਰੁੱਪ ਵਿੱਚੋਂ ਇਨਸਰਟ ਆਪਸ਼ਨ ਤੇ ਕਲਿੱਕ ਕਰੋ ਫਿਰ ਤੁਸੀਂ ਇਨਸਰਟ ਸੈੱਲ ਆਪਸ਼ਨ ਦੇ ਉੱਪਰ ਕਲਿੱਕ ਕਰੋ ਤੁਹਾਡੇ ਕੋਲ ਇੱਕ ਪੌਪਅਪ ਮੈਨੂ ਓਪਨ ਹੋਏਗਾ ਜਿਸ ਵਿੱਚ ਕੁਝ ਆਪਸ਼ਨਸ ਤੁਹਾਨੂੰ ਦਿਖਾਈ ਦੇਣਗੇ ਜਿਵੇਂ ਤੁਸੀਂ ਆਪਣੀ ਸਕਰੀਨ ਦੀ ਲੈਫਟ ਸਾਈਡ ਦੇ ਉੱਪਰ ਦੇਖ ਰਹੇ ਹੋ ਇਹਨਾਂ ਦੇ ਵਿੱਚੋਂ ਤੁਸੀਂ ਆਪਣੀ ਰਿਕੁਆਇਰਡ ਆਪਸ਼ਨ ਦੇ ਉੱਪਰ ਕਲਿੱਕ ਕਰੋ ਅਤੇ ਤੁਹਾਡਾ ਜੋ ਸੈੱਲ ਹੈ ਉਹ ਐਡ ਹੋ ਜਾਵੇਗਾ ਸੈਕਿੰਡ ਜੋ ਮੈਥਡ ਹੁੰਦਾ ਹੈ ਤੁਸੀਂ ਆਪਣੇ ਮਾ우스 ਦਾ ਰਾਈਟ ਬਟਨ ਕਲਿੱਕ ਕਰਕੇ ਵੀ ਨਵਾਂ ਸੈੱਲ ਐਡ ਕਰ ਸਕਦੇ ਹੋ ਤੁਸੀਂ ਆਪਣੇ ਵਰਕਸ਼ੀਟ ਦੇ ਵਿੱਚ ਕਿਸੇ ਵੀ ਜਗ੍ਹਾ ਦੇ ਉੱਪਰ ਆਪਣੇ ਮਾਉਸ ਦਾ ਰਾਈਟ ਕਲਿੱਕ ਕਰੋ ਅਤੇ ਇੱਕ ਪੌਪਅਪ ਮੀਨੂ ਓਪਨ ਹੋਏਗਾ ਜਿਸ ਵਿੱਚੋਂ ਤੁਸੀਂ ਇਨਸਰਟ ਆਪਸ਼ਨ ਤੇ ਕਲਿੱਕ ਕਰੋਗੇ ਤਾਂ ਇੱਕ ਡਾਇਲੌਗ ਬਾਕਸ ਓਪਨ ਹੋਏਗਾ ਜਿਵੇਂ ਤੁਸੀਂ ਆਪਣੀ ਸਕਰੀਨ ਦੀ ਰਾਈਟ ਸਾਈਡ ਦੇ ਉੱਪਰ ਦੇਖ ਰਹੇ ਹੋ ਇਸ ਵਿੱਚ ਕੁਝ ਆਪਸ਼ਨ ਆਪਸ਼ਨਸ ਹੋਣਗੀਆਂ ਜਿਵੇਂ ਸ਼ਿਫਟ ਸੈਲਸ ਰਾਈਟ ਸ਼ਿਫਟ ਸੈਲਸ ਡਾਊਨ ਸੈੱਲ ਜੋ ਪੁਰਾਣਾ ਹੈ ਉਸ ਨੂੰ ਰਾਈਟ ਸਾਈਡ ਦੇ ਉੱਪਰ ਸ਼ਿਫਟ ਕਰਕੇ ਨਵਾਂ ਸੈੱਲ ਇਨਸਰਟ ਹੋ ਜਾਵੇ ਜਾਂ ਉਸ ਨੂੰ ਡਾਊਨ ਤੇ ਸ਼ਿਫਟ ਕਰਕੇ ਨਵਾਂ ਸੈੱਲ ਇਨਸਰਟ ਹੋ ਜਾਵੇ ਇਹਨਾਂ ਦੋਨਾਂ ਮੈਥਡ ਦੇ ਵਿੱਚੋਂ ਤੁਸੀਂ ਕਿਸੇ ਵੀ ਇੱਕ ਆਪਸ਼ਨ ਨੂੰ ਸਿਲੈਕਟ ਕਰੋ ਅਤੇ ਓਕੇ ਬਟਨ ਉੱਤੇ ਕਲਿੱਕ ਕਰ ਦਿਓ ਤੁਹਾਡਾ ਨਵਾਂ ਸੈੱਲ ਐਡ ਹੋ ਜਾਵੇਗਾ ਨੈਕਸਟ ਕੁਐਸਚਨ ਹੈਗਾ ਵਾਟ ਇਜ਼ ਅ ਫਾਰਮੂਲਾ ਰਾਈਟ ਦਾ ਸਟੈਪ ਟੂ ਕ੍ਰੀਏਟ ਅ ਫਾਰਮੂਲਾ ਇਨ ਐਕਸਲ ਫਾਰਮੂਲਾ ਕੀ ਹੁੰਦਾ ਹੈ ਤੇ ਉਹਨੂੰ ਬਣਾਉਣ ਦੇ ਸਟੈਪ ਕੀ ਨੇ ਇਨ ਐਕਸਲ ਫਾਰਮੂਲੇ ਆਰ ਯੂਜ਼ਡ ਟੂ ਪਰਫਾਰਮ ਕੈਲਕੂਲੇਸ਼ਨਸ ਔਨ ਨੰਮੈਰਿਕਲ ਡਾਟਾ Excel ਦੇ ਵਿੱਚ ਜਦੋਂ ਵੀ ਤੁਸੀਂ ਨੰਮੈਰਿਕ ਇਨਫੋਰਮੇਸ਼ਨ ਨੂੰ ਐਡ ਕਰਦੇ ਹੋ ਅਤੇ ਉਸ ਇਨਫੋਰਮੇਸ਼ਨ ਨੂੰ ਅਗਰ ਤੁਸੀਂ ਕੈਲਕੂਲੇਟ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਫਾਰਮੂਲੇਜ਼ ਦੀ ਲੋੜ ਪਵੇਗੀ ਈਚ ਫਾਰਮੂਲਾ ਇਨ Excel బిਗਨ ਵਿਦ ਇਕਵਲ ਸਿੰਬਲ ਕੋਈ ਵੀ ਫਾਰਮੂਲਾ ਹੋਵੇ ਜਾਂ ਫੰਕਸ਼ਨ ਹੋਵੇ ਜਦੋਂ ਤੁਸੀਂ ਉਹਨਾਂ ਨੂੰ ਯੂਜ਼ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਸਟਾਰਟਿੰਗ ਤੇ ਇਕਵਲ ਸਿੰਬਲ ਸਿੰਬਲ ਨੂੰ ਯੂਜ਼ ਕਰਨਾ ਪਵੇਗਾ ਸੈੱਲ ਐਡਰੈਸ অর ਵੈਲਿਊ ਕੈਨ ਬੀ ਯੂਜ਼ਡ ਇਨ ਫਾਰਮੂਲਾਜ਼ ਫਾਰ ਪਰਫਾਰਮਿੰਗ ਕੈਲਕੂਲੇਸ਼ਨ ਤੁਸੀਂ ਅਗਰ ਕੈਲਕੂਲੇਸ਼ਨ ਕਰਨੀ ਚਾਹੁੰਦੇ ਹੋ ਤਾਂ ਤੁਹਾਨੂੰ ਉਸ ਫਾਰਮੂਲਾ ਦੇ ਵਿੱਚ ਜਾਂ ਤਾਂ ਕਿਸੇ ਇਨਫੋਰਮੇਸ਼ਨ ਨੂੰ ਕਿਸੇ ਵੈਲਿਊ ਨੂੰ ਐਡ ਕਰਨਾ ਪਏਗਾ ਜਾਂ ਕਿਸੇ ਸੈੱਲ ਨੂੰ ਐਡ ਕਰਨਾ ਪਏਗਾ ਜਿਸਦੇ ਵਿੱਚ ਇਨਫੋਰਮੇਸ਼ਨ ਸਟੋਰ ਹੈ ਸਟੈਂਡਰਡ ਆਪਰੇਟਰਸ ਕੈਨ ਬੀ ਯੂਜ਼ਡ ਇਨ ਫਾਰਮੂਲਸ ਫਾਰ ਪਰਫਾਰਮਿੰਗ ਡਿਫਰੈਂਟ ਟਾਈਪਸ ਆਫ ਕੈਲਕੂਲੇਸ਼ਨਸ ਕੁਝ ਆਪਰੇਟਰਸ ਨੇ ਜਿਹੜੇ ਬੇਸਿਕ ਆਪਰੇਟਰਸ ਨੇ ਜਿਨ੍ਹਾਂ ਨੂੰ ਅਸੀਂ ਯੂਜ਼ ਕਰ ਸਕਦੇ ਹਾਂ ਐਗਜ਼ਾਮਪਲ ਤੁਸੀਂ ਪਲੱਸ ਕਰ ਸਕਦੇ ਹੋ ਮਲਟੀਪਲਾਈ ਕਰ ਸਕਦੇ ਹੋ ਜਾਂ ਸਿੰਪਲ ਜਿੰਨੀਆਂ ਵੀ ਕੈਲਕੂਲੇਸ਼ਨਸ ਨੇ ਆਡਡ ਕਰ ਸਕਦੇ ਹੋ ਕੁਝ ਸਟੈਪ ਨੇ ਫਾਰਮੂਲਾ ਬਣਾਉਂਦੇ ਨੰਬਰ 1 ਕਲਿੱਕ ਦਾ ਸੈੱਲ ਵੇਅਰ ਯੂ ਵਾਂਟ ਟੂ ਕੈਲਕੂਲੇਟ ਇਨਫੋਰਮੇਸ਼ਨ ਜਾਂ ਡਾਟਾ ਉਸ ਸੈੱਲ ਜਾਂ ਉਸ ਸੈੱਲ ਦੇ ਉੱਪਰ ਕਲਿੱਕ ਕਰੋ ਜਿਸ ਜਗ੍ਹਾ ਦੇ ਉੱਪਰ ਤੁਸੀਂ ਇਨਫੋਰਮੇਸ਼ਨ ਨੂੰ ਕੈਲਕੂਲੇਟ ਕਰਨਾ ਚਾਹੁੰਦੇ ਹੋ ਅਤੇ ਆਪਣਾ ਰਿਕੁਆਇਰਡ ਕੋਈ ਵੀ ਤੁਸੀਂ ਫਾਰਮੂਲਾ ਟਾਈਪ ਕਰੋ ਐਗਜ਼ਾਮਪਲ ਅਸੀਂ ਇਹ ਟਾਈਪ ਕਰਦੇ ਹਾਂ ਇਕੁਅਲ ਦਾ ਸਿੰਬਲ ਐਡ ਕਰਕੇ ਅਸੀਂ ਲਿਖਦੇ ਹਾਂ A1 2 ਇਟ ਮੀਨਸ ਕਿ A1 ਸੈੱਲ ਦੇ ਵਿੱਚ ਜੋ ਵੀ ਇਨਫੋਰਮੇਸ਼ਨ ਸਟੋਰ ਹੈ ਅਤੇ A2 셀 ਦੇ ਵਿੱਚ ਜੋ ਵੀ ਇਨਫੋਰਮੇਸ਼ਨ ਸਟੋਰ ਹੈ ਅਸੀਂ ਦੋਨਾਂ ਹੀ ਇਨਫੋਰਮੇਸ਼ਨ ਨੂੰ ਪਲੱਸ ਕਰਨਾ ਚਾਹੁੰਦੇ ਹਾਂ ਤਾਂ ਅਸੀਂ ਇਸ ਫਾਰਮੂਲੇ ਨੂੰ ਯੂਜ਼ ਕਰਾਂਗੇ ਤੁਸੀਂ A1 ਜਾਂ A2 ਦੀ ਜਗ੍ਹਾ ਦੇ ਉੱਪਰ ਕੋਈ ਵੀ ਹੋਰ 셀 ਦਾ ਐਡਰੈਸ ਯੂਜ਼ ਕਰ ਸਕਦੇ ਹੋ ਜਦੋਂ ਤੁਸੀਂ ਐਂਟਰ ਬਟਨ ਪ੍ਰੈਸ ਕਰਦੇ ਹੋ ਤਾਂ ਤੁਹਾਡਾ ਜੋ ਵੀ ਫਾਰਮੂਲਾ ਜੋ ਤੁਸੀਂ ਤਿਆਰ ਕੀਤਾ ਸੀ ਉਹ ਕੈਲਕੂਲੇਟ ਹੋ ਜਾਵੇਗਾ ਅਗਰ ਪਹਿਲਾਂ ਤੋਂ ਹੀ ਬਣਿਆ ਹੋਇਆ ਕੋਈ ਫਾਰਮੂਲਾ ਤੁਸੀਂ ਵਰਕਸ਼ੀਟ ਵਿੱਚ ਦੇਖ ਰਹੇ ਹੋ ਅਤੇ ਉਸ ਨੂੰ ਤੁਸੀਂ ਦੇਖਣਾ ਚਾਹੁੰਦੇ ਹੋ ਕਿ ਐਗਜ਼ੈਕਟ ਉਸ ਵਿੱਚ ਕਿਹੜੇ ਕਿਹੜੇ ਸੈੱਲ ਜਾਂ ਕਿਹੜੇ ਕਿਹੜੇ ਸਿੰਬल्स ਯੂਜ਼ ਕੀਤੇ ਨੇ ਤਾਂ ਤੁਸੀਂ ਜਦੋਂ ਵੀ ਉਸ ਦੇ ਉੱਪਰ ਕਲਿੱਕ ਕਰੋਗੇ ਤਾਂ ਉਸ ਵਿੱਚ ਜੋ ਵੀ ਫਾਰਮੂਲਾ ਟਾਈਪ ਕੀਤਾ ਗਿਆ ਸੀ ਤਿਆਰ ਕੀਤਾ ਗਿਆ ਸੀ ਉਹ ਤੁਹਾਨੂੰ ਫਾਰਮੂਲਾ ਬਾਰ ਦੇ ਵਿੱਚ ਦਿਖਾਈ ਦੇਵੇਗਾ ਸੋ AC ਕੇ ਫਾਰਮੂਲਾ ਕੀ ਹੁੰਦਾ ਹੈ ਅਗਲਾ ਕੁਐਸਚਨ ਹੈ ਵਾਟ ਇਜ਼ ਅ ਫੰਕਸ਼ਨ ਰਾਈਟ ਅਬਾਊਟ ਦਾ ਪਾਰਟਸ ਆਫ ਅ ਫੰਕਸ਼ਨ ਫੰਕਸ਼ਨ ਕੀ ਹੁੰਦਾ ਹੈ ਤੇ ਉਸ ਦੇ ਪਾਰਟਸ ਕੀ ਨੇ ਫੰਕਸ਼ਨਸ ਆਰ the predefined formulas function basically ਕੀ ਆ ਜਿਵੇਂ ਅਸੀਂ ਪਿੱਛੇ ਪੜਿਆ ਕਿ ਫਾਰਮੂਲੇ ਅਸੀਂ ਖੁਦ ਤਿਆਰ ਕਰਦੇ ਹਾਂ ਫੰਕਸ਼ਨ ਕੀ ਨੇ ਪਹਿਲਾਂ ਤੋਂ ਹੀ ਤਿਆਰ ਕੀਤੇ ਗਏ ਜੋ ਫਾਰਮੂਲੇ ਹੁੰਦੇ ਨੇ ਉਹਨਾਂ ਨੂੰ ਅਸੀਂ ਫੰਕਸ਼ਨ ਬੋਲਦੇ ਆ ਥੀਸ ਫਾਰਮੂਲਸ ਕੈਨ ਬੀ ਯੂਜ਼ਡ ਫॉर ਕੈਲਕੂਲੇਸ਼ਨਸ ਇਨ ਐਕਸਲ ਸ਼ੀਟਸ ਅਸੀਂ ਐਕਚੁਅਲ ਦੀ ਸ਼ੀਟ ਦੇ ਵਿੱਚ ਇਹਨਾਂ ਫੰਕਸ਼ਨਸ ਨੂੰ ਯੂਜ਼ ਕਰਦੇ ਹਾਂ to use a function it has a specific order which is called the syntax of a function ਤੁਸੀਂ ਕਿਸੇ ਵੀ ਫੰਕਸ਼ਨ ਨੂੰ ਅਗਰ ਯੂਜ਼ ਕਰਨਾ ਚਾਹੁੰਦੇ ਹੋ ਤਾਂ ਉਹਦਾ ਇੱਕ ਖਾਸ ਪੈਟਰਨ ਹੋਏਗਾ ਅਤੇ ਉਸ ਪੈਟਰਨ ਨੂੰ ਅਸੀਂ ਸਿੰਟੈਕਸ ਬੋਲਾਂਗੇ ਉਸ ਦਾ ਈਚ ਫੰਕਸ਼ਨ బిਗਨ ਵਿਦ ਅ ਸਿੰਬਲ ਇਕੁਅਲ ਇਨ ਐਕਸਲ ਕਿਸੇ ਵੀ ਫੰਕਸ਼ਨ ਜਾਂ ਫਾਰਮੂਲੇ ਨੂੰ ਅਗਰ ਤੁਸੀਂ ਯੂਜ਼ ਕਰਨਾ ਚਾਹੁੰਦੇ ਹੋ ਤਾਂ ਉਸਤੇ ਸਟਾਰਟਿੰਗ ਦੇ ਉੱਪਰ ਤੁਹਾਨੂੰ ਇਕੁਅਲ ਦਾ ਸਿੰਬਲ ਯੂਜ਼ ਕਰਨਾ ਪਏਗਾ ਅਤੇ ਹਰ ਫੰਕਸ਼ਨ ਦੇ ਕੁਝ ਪਾਰਟਸ ਹੁੰਦੇ ਨੇ ਜਿਵੇਂ ਅਸੀਂ نیچے ਇੱਕ ਫੰਕਸ਼ਨ ਦਾ ਸਿੰਟੈਕਸ ਦੇਖ ਰਹੇ ਹਾਂ ਜਿਸ ਵਿੱਚ ਤੁਸੀਂ ਅਗਰ ਧਿਆਨ ਨਾਲ ਦੇਖੋ ਤਾਂ ਤੁਹਾਨੂੰ ਇੱਕ ਇਕੁਅਲ ਦਾ ਸਿੰਬਲ ਦਿਖਾਈ ਦੇਗਾ ਅੱਗੇ एस वी ਐਮ ਸਮ ਬ੍ਰੈਕਟ ਸਟਾਰਟ A1 ਕੋਲਨ A10 ਬ੍ਰੈਕਟ ক্লোਜ਼ ਇੱਕ ਕੰਪਲੀਟ ਫੰਕਸ਼ਨ ਹੈ ਇਸ ਦਾ ਇੱਕ ਸਿੰਟੈਕਸ ਹੈ ਅਗਰ ਅਸੀਂ ਐਸੇ ਹੀ ਸਿੰਟੈਕਸ ਦੇ ਵਿੱਚ ਇਸ ਨੂੰ ਇਨਫੋਰਮੇਸ਼ਨ ਦਵਾਂਗੇ ਤਾਂ ਹੀ ਇਹ ਕੰਮ ਕਰੇਗਾ ਇਸ ਦੇ ਪਾਰਟਸ ਕੀ ਨੇ ਸਟਾਰਟਿੰਗ ਦੇ ਉੱਪਰ ਸਾਡਾ ਇਕੁਅਲ ਦਾ ਸਿੰਬਲ ਆਏਗਾ ਨੈਕਸਟ ਜੋ ਵੀ ਫੰਕਸ਼ਨ ਹੋਏਗਾ ਉਸਦਾ ਨਾਮ ਆਏਗਾ ਲਾਈਕ ਇਸ ਜਗ੍ਹਾ ਤੇ ਅਸੀਂ ਸਮ ਲਿਖਿਆ ਕੋਈ ਹੋਰ ਫੰਕਸ਼ਨ ਵੀ ਹੋ ਸਕਦਾ ਜਿਵੇਂ ਮਿਨੀਮਮ ਮੈਕਸਿਮਮ ਕਾਊਂਟ ਜਾਂ ਹੋਰ ਵੀ ਕਈ ਪ੍ਰਕਾਰ ਦੇ ਫੰਕਸ਼ਨਸ ਹੁੰਦੇ ਨੇ ਬ੍ਰੈਕਟ ਸਟਾਰਟ ਵੈਲਿਊ ਜਾਂ ਸਾਡਾ ਉਹ ਵਾਲਾ ਸੈੱਲ ਜਿਸ ਨੂੰ ਅਸੀਂ ਕੈਲਕੂਲੇਟ ਕਰਨਾ ਚਾਹੁੰਦੇ ਹਾਂ ਕੋਲਨ ਅਤੇ ਸਾਡਾ ਸੈਕਿੰਡ ਜੋ ਆਰਗੂਮੈਂਟਸ ਹੈ ਸੈਕਿੰਡ ਵੈਲਿਊ ਲਾਸਟ ਉਪਰ ਬ੍ਰੈਕਟ ক্লোਜ਼ ਅਤੇ ਇਸ ਤੋਂ ਬਾਅਦ ਅਗਰ ਅਸੀਂ ਆਪਣੇ ਕੀਬੋਰਡ ਤੋਂ ਐਂਟਰ ਦਾ ਬਟਨ ਪ੍ਰੈਸ ਕਰਾਂਗੇ ਤਾਂ ਇਹ ਫੰਕਸ਼ਨ ਕੈਲਕੂਲੇਟ ਹੋ ਜਾਵੇਗਾ ਸੋ ਪਿਆਰੇ ਵਿਦਿਆਰਥੀਓ ਇਸਨ ਤੁਹਾਡੇ ਫਸਟ ਚੈਪਟਰ ਦੇ ਕੁਐਸਚਨ ਆਨਸਰਸ ਉਮੀਦ ਕਰਦਾ ਹਾਂ ਕਿ ਤੁਹਾਨੂੰ ਸਾਰੇ ਹੀ ਕੁਐਸਚਨ ਆਨਸਰਸ ਚੰਗੀ ਤਰ੍ਹਾਂ ਸਮਝ ਆ ਗਏ ਹੋਣਗੇ ਸੋ ਫਿਊਚਰ ਵਿੱਚ ਆਉਣ ਵਾਲੀਆਂ ਅਗਰ ਤੁਸੀਂ ਮੇਰੀਆਂ ਹੋਰ ਵੀਡੀਓਜ਼ ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਅਤੇ ਮੇਰੇ ਚੈਨਲ ਦੇ ਉੱਪਰ ਹੀ ਐਕਸਲ ਨਾਲ ਰਿਲੇਟਡ ਜਾਂ ਤੁਹਾਡੀ 9th ਕਲਾਸ ਨਾਲ ਰਿਲੇਟਡ ਹੋਰ ਟੌਪਿਕਸ ਦੀਆਂ ਵੀਡੀਓਜ਼ ਅਵੇਲੇਬਲ ਨੇ ਤੁਸੀਂ ਮੇਰੀਆਂ ਵੀਡੀਓਜ਼ ਵਿੱਚ ਜਾ ਕੇ ਪਲੇਲਿਸਟ ਦੇ ਵਿੱਚੋਂ ਉਹਨਾਂ ਸਾਰੀਆਂ ਵੀਡੀਓਜ਼ ਨੂੰ ਦੇਖ ਸਕਦੇ ਹੋ ਵੀਡੀਓ ਨੂੰ ਦੇਖਣ ਲਈ ਤੁਹਾਡਾ ਧੰਨਵਾਦ